ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਲੰਬੇ ਸਮੇਂ ਤੋਂ ਵੱਖ-ਵੱਖ ਵਿਭਾਗਾਂ ਵਿੱਚ ਠੇਕਾ ਭਰਤੀ ਦਾ ਸ਼ੋਸ਼ਣ ਤੇ ਸ਼ਰਾਬ ਹਟਾ ਰਹੇ ਹਾਂ ਅਤੇ ਸਮੂਹ ਠੇਕਾ ਮੁਲਾਜ਼ਮ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਠੇਕਾ ਮੁਲਾਜ਼ਮ ਸੰਘਰਸ਼ਕ ਮੋਰਚਾ ਪੰਜਾਬ ਰਾਹੀਂ ਪੰਜਾਬ ਸਰਕਾਰ ਦੇ ਸਨਮੁੱਖ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ, ਪਰੰਤੂ ਸਰਕਾਰ ਵੱਲੋਂ ਪੰਜਾਬ ਦੇ ਭਵਿੱਖ ਰੁਜ਼ਗਾਰ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਅਕਾਲੀ ਭਾਜਪਾ ਵੱਲੋਂ ਬਣਾਏ ਗਏ ਪੰਜਾਬ ਹੈੱਡ ਆਫ ਕੰਟਰੈਕਟ ਡੇਲੀ ਵੇਜ ਟੈਂਪਰੇਰੀ ਵਰਕਰਸ ਚਾਰਜ ਆਊਟਸੋਰਸ ਇੰਪਲੋਈ ਵੈਲਫੇਅਰ ਐਕਟ 2016 ਨੂੰ ਲਾਗੂ ਐਕਟ ਤੋਂ ਬਾਹਰ ਰਹਿੰਦਿਆਂ ਕੈਟੇਗਰੀਆਂ ਨੂੰ ਸ਼ਾਮਿਲ ਨਹੀਂ ਕੀਤਾ ਜਾ ਰਿਹਾ ਜਦੋਂ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਠੇਕਾ ਕਾਮਿਆਂ ਦੀਆਂ ਛਾਟੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦਾ ਕਾਮੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਕਰਕੇ ਸਾਡੇ ਠੇਕਾ ਕਾਮਿਆਂ ਵੱਲੋਂ ਠੇਕਾ ਸੰਘਰਸ਼ ਮੋਰਚਾ ਪੰਜਾਬ ਰਾਹੀਂ ਆਪਣੀ ਨੱਥੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ ਅੱਜ 2 ਅਗਸਤ ਨੂੰ ਪੰਜਾਬ ਰੋਡਵੇਜ਼ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਸੱਦੇ ਲੁਧਿਆਣਾ ਡਿਪੂ ਵਿੱਚ ਨਾਲ ਲੱਗਦੇ ਹੋਰ ਡਿਪੂਆਂ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਕਰਕੇ ਕੁਝ ਘੰਟਿਆਂ ਲਈ ਬੱਸ ਸਟੈਂਡ ਬੰਦ ਕੀਤਾ ਜਾਵੇਗਾ ਅਤੇ ਸ਼ਹਿਰ ਦਾ ਕੋਈ ਮੇਨ ਚੌਂਕ ਬੰਦ ਕਰਕੇ ਰੋਸ ਦਾ ਮਾਰਚ ਪਾਸ ਆਦਿ ਵੀ ਕੱਢਿਆ ਜਾਵੇਗਾ। ਅੱਜ ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਅਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਰਲ ਕੇ ਜੋ ਪੰਜਾਬ ਦੇ 3 ਮੁੱਖ ਬੱਸ ਸਟੈਂਡ ਨੇ ਸ੍ਰੀ ਅੰਮ੍ਰਿਤਸਰ ਸਾਹਿਬ, ਜਲੰਧਰ ਅਤੇ ਲੁਧਿਆਣਾ, ਇਹ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਅਤੇ ਪਨਬੱਸ ਜਥੇਬੰਦੀ ਵੱਲੋਂ 12-1 ਦਾ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ, ਟਰਾਂਸਪੋਰਟ ਮੰਤਰੀ ਅਤੇ ਭ੍ਰਿਸ਼ਟ ਅਫਸਰਾਂ ਦੇ ਪੁਤਲੇ ਫੂਕੇ ਜਾਣਗੇ। ਆਉਣ ਵਾਲੇ ਦਿਨਾਂ ਦੇ ਵਿੱਚ 14, 15, 16 ਅਗਸਤ ਦੀ ਮੁਕੰਮਲ ਹੜਤਾਲ ਕਰਕੇ, ਕਿਉਂਕਿ ਜੋ ਅਗਸਤ ਦਾ ਮਹੀਨਾ ਇਹ ਸਾਡੀ ਆਜ਼ਾਦੀ ਦਾ ਪ੍ਰਤੀਕ ਮੰਨਿਆ ਜਾਂਦਾ, ਪਰ ਪਨਬੱਸ ਦੇ ਮੁਲਾਜ਼ਮ ਜਾਂ ਜਿਹੜੇ ਪੰਜਾਬ ਦੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਹਜੇ ਤੱਕ ਆਜ਼ਾਦੀ ਨਹੀਂ ਮਿਲੀ। ਅਸੀਂ ਕਿਤੇ ਠੇਕੇਦਾਰਾਂ ਦੇ, ਕਿਤੇ ਸੁਸਾਇਟੀਆਂ ਦੇ, ਜਾਂ ਕਿਤੇ ਭ੍ਰਿਸ਼ਟ ਅਫਸਰ ਚਾਹੀਦੇ ਗੁਲਾਮ ਬਣ ਕੇ ਰਹੇ ਹੋਏ ਹਾਂ। ਉਹ ਗੁਲਾਮੀ ਦਿਵਸ ਨੂੰ ਮਨਾਉਂਦੇ ਹੋਏ ਅਸੀਂ 15 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਜਿੱਥੇ ਵੀ ਝੰਡਾ ਲਹਿਰਾਉਣਗੇ ਉਹਨਾਂ ਦੇ ਰੋਸ ਵਜੋਂ, ਵਿਰੋਧ ਵਜੋਂ ਕਾਲੇ ਚੋਲੇ ਪਾ ਕੇ ਪੰਜਾਬ ਦਾ ਸਮੁੱਚਾ ਕਾਮਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ ਉਹਨਾਂ ਦਾ ਵਿਰੋਧ ਕਰੂਗਾ ਅਤੇ ਉੱਥੇ ਸਵਾਲ ਜਵਾਬ ਕਰਿਆ ਜਾਊਗਾ ਵੀ ਆਜ਼ਾਦੀ ਜਿਹੜੀ ਆ ਉਹ ਕਿਤਾਬਾਂ ਦੇ ਵਿੱਚ ਰਹਿ ਗਈ ਆ, ਹਜੇ ਤੱਕ ਸਾਡੇ ਕੱਚੇ ਵਰਕਰਾਂ ਕੋਲ ਜੋ ਪੰਜਾਬ ਦੀ ਪ੍ਰੋਪਰ ਆਜ਼ਾਦੀ ਆ ਸਾਡੇ ਕੋਲ ਨਹੀਂ ਪਹੁੰਚੀ। ਉਹਦੇ ਸੰਬੰਧ ਦੇ ਵਿੱਚ ਅੱਜ 2 ਤਰੀਕ ਨੂੰ ਜੋ ਲੁਧਿਆਣੇ ਦੇ ਬੱਸ ਸਟੈਂਡ ਦੇ ਵਿੱਚ ਇਹ ਪ੍ਰੋਟੈਸਟ ਚੱਲ ਰਹੀ ਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੋਰਚੇ ਦੀ ਮੀਟਿੰਗ ਕਰਕੇ ਪੰਜਾਬ ਦੇ ਮੁੱਖ ਮੰਤਰੀ ਦਾ ਠੋਕ ਕੇ ਕਾਲੇ ਚੋਲੇ ਪਾ ਕੇ 20-25 ਹਜ਼ਾਰ ਮੁਲਾਜ਼ਮ ਨਾਲ ਅਸੀਂ ਘਿਓ ਕਰਾਂ। ਮੇਰਾ ਨਾਮ ਜਲੌਰ ਸਿੰਘ ਹੈ ਜੀ, ਜੁਆਇੰਟ ਸਕੱਤਰ ਹਾਂ ਮੈਂ ਸੂਬੇ ਦਾ। ਅੱਜ ਦਾ ਜਿਹੜਾ ਸਾਡਾ ਸੰਘਰਸ਼ ਆ ਇਹ ਕਾਫੀ ਦਿਨ ਹੋ ਗਏ, ਅੱਜ 15-20 ਦਿਨ ਹੋ ਗਏ ਸਾਡਾ ਨੋਟਿਸ ਦਿੱਤਾ ਹੋਇਆ ਸਰਕਾਰ ਨੂੰ। ਜਿਹੜੀ ਸਰਕਾਰ ਆ ਸਾਨੂੰ ਪਹਿਲੇ ਦਿਨ ਤੋਂ ਲੈ ਕੇ ਲਾਰੇ ਲਾਈ ਜਾਂਦੀ ਆ। ਇਹਨਾਂ ਨੇ ਜਿਹੜਾ ਪਿਛਲੀ ਸਰਕਾਰ ਸੀ ਉਹ ਇੱਕ ਮੁਲਾਜ਼ਮ ਭਲਾਈ ਐਕਟ ਬਣਾ ਕੇ ਗਈ ਸੀ, ਉਹ ਜਿਹੜਾ ਐਕਟ ਇਹਨਾਂ ਨੇ ਲਾਗੂ ਨਹੀਂ ਕੀਤਾ, ਆਨੇ ਬਹਾਨੇ ਟਾਲ ਦਿੱਤਾ ਗਿਆ। ਔਰ ਸਾਡਾ ਸਾਡੀਆਂ ਜਾਇਜ਼ ਮੰਗਾਂ ਹੈ, ਬਿਲਕੁਲ ਮੰਗਾਂ ਸਾਡੀਆਂ, ਇੱਕ ਤਾਂ ਸਾਡਾ ਜਿਹੜਾ ਹੈਗਾ ਬਰਾਬਰ ਕੰਮ ਬਰਾਬਰ ਤਨਖਾਹ, ਅਤੇ ਮੁਲਾਜ਼ਮ ਜਿਹੜੇ 12-12 ਸਾਲ ਤੋਂ ਕੰਮ ਕਰਦੇ ਆ ਰਹੇ ਕੱਚੇ ਉਹਨਾਂ ਨੂੰ ਰੈਗੂਲਰ ਕਰਨਾ, ਇਹ ਸਾਡੀਆਂ ਮੰਗਾਂ। ਜੇ ਸਾਡੀਆਂ ਇਹ ਮੰਗਾਂ ਸਰਕਾਰ ਪੂਰੀਆਂ ਨਹੀਂ ਕਰਦੀ ਤਾਂ ਅਸੀਂ ਆਉਣ ਵਾਲੇ ਸਮੇਂ 'ਚ 14, 15 ਅਤੇ 16 ਨੂੰ ਜਿੱਥੇ ਵੀ ਕੈਪਟਨ ਸਾਹਿਬ ਮੁੱਖ ਮੰਤਰੀ ਪੰਜਾਬ ਝੰਡਾ ਲਹਿਰਾਉਣਗੇ ਅਸੀਂ ਉੱਥੇ ਉਹਨਾਂ ਦਾ ਕਾਲੇ ਚੋਲੇ ਪਾ ਕੇ ਵਿਰੋਧ ਕਰਾਂਗੇ, ਸਵਾਲ ਵੀ ਪੁੱਛਾਂਗੇ ਉਹਨਾਂ ਤੋਂ। ਔਰ ਇਹਦੇ ਮਤਲਬ ਗੁਲਾਮੀ ਦਿਵਸ ਦੇ ਵਜੋਂ ਜਿਹੜਾ ਪਨਬੱਸ ਦਾ ਸਮੁੱਚਾ ਕੰਮ ਆ ਗੁਲਾਮੀ ਦਿਵਸ ਵਜੋਂ ਇਹ ਜਿਹੜਾ ਦਿਨ ਮਨਾਏਗਾ। ਅੱਜ ਸਾਡਾ ਜਿਹੜਾ ਐਜੀਟੇਸ਼ਨ ਹੈ ਉਹ 3 ਮੇਨ ਸ਼ਹਿਰਾਂ 'ਚ ਆ, ਲੁਧਿਆਣਾ, ਜਲੰਧਰ, ਅੰਮ੍ਰਿਤਸਰ।
ਜਿੱਥੇ ਸਾਡੇ 6-6 ਡੀਪੂ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰ ਰਹੇ ਆ। ਅਸੀਂ ਅੱਜ ਤੋਂ 15-20 ਦਿਨ ਪਹਿਲਾਂ ਸਰਕਾਰ ਨੂੰ ਨੋਟਿਸ ਦਿੱਤਾ ਵਾ ਵੀ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ, ਜਿਵੇਂ ਮਾਣਯੋਗ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤਾ ਜਾਵੇ, ਜਿਹੜੇ 12-12 ਸਾਲਾਂ ਤੋਂ ਕੱਚੇ ਵਰਕਰ ਆ ਉਹਨਾਂ ਨੂੰ ਰੋਡਵੇਜ਼ ਦੇ ਵਿੱਚ ਪੱਕਾ ਕੀਤਾ ਜਾਵੇ, ਜਿਹੜੀਆਂ ਵਰਕਰਾਂ 'ਤੇ ਕੰਡੀਸ਼ਨਾਂ ਲਾ ਕੇ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਉਹਨਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ। ਅਤੇ ਅੱਜ ਸਾਡਾ 2 ਤਰੀਕ ਦਾ ਇਹ 3 ਸ਼ਹਿਰਾਂ 'ਚ ਪ੍ਰਦਰਸ਼ਨ ਆ, ਉਸ ਤੋਂ ਬਾਅਦ 14-15-16 3 ਦਿਨ ਦਾ ਸਾਡੇ ਸਟ੍ਰੈਕ ਆ, ਔਰ 15 ਤਰੀਕ ਨੂੰ ਜਿੱਥੇ ਸਾਡਾ ਆਜ਼ਾਦੀ ਦਿਵਸ ਆ ਉੱਥੇ ਸਾਡੇ ਜਿੱਥੇ ਮੁੱਖ ਮੰਤਰੀ ਝੰਡਾ ਲਹਿਰਾਉਣਗੇ ਉੱਥੇ ਪਨਬੱਸ ਦੇ ਵਰਕਰਾਂ ਵੱਲੋਂ ਕਾਲੇ ਚੋਲੇ ਪਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਊਗਾ। ਬ੍ਰੇਕਿੰਗ ਨਿਊਜ਼ ਪੰਜਾਬ ਦੇ ਕੈਮਰਾਮੈਨ ਨੰਨਾ ਫਿਲੌਰ ਦੇ ਨਾਲ ਸਰਬਜੀਤ ਮਨੇਸਰ ਦੀ ਰਿਪੋਰਟ।